ਪਿਛਲੇ 4-5 ਦਿਨ ਤੋਂ ਇੱਕ ਬਹੁਤ ਵੱਡੀ ਕੰਟਰੋਵਰਸੀ ਸਾਹਮਣੇ ਆਈ ਹੈ ਜਿਹੜੀ ਬਹੁਤ ਮੰਦਭਾਗੀ ਹੈ ਮੈਂ ਸਮਝਦਾ ਕੌਮ ਵਾਸਤੇ ਗੁਰੂ ਨਾਨਕ ਨਾਮ ਲੇਵਾ ਵਾਸਤੇ ਕਿ ਔਰ ਜਿਹੜੀ ਕੰਟਰੋਵਰਸੀ ਆਈ ਹੈ ਉਹ ਇੱਕ ਹਾਸ਼ੀਆ ਇੱਕ ਕੁਐਸਚਨ ਮਾਰਕ ਐਸ ਜੀ ਪੀ ਸੀ ਦੇ ਉੱਤੇ ਲਗਾ ਰਹੀ ਹੈ ਉਹ ਇੱਕ ਕੁਐਸਚਨ ਮਾਰਕ ਸ਼੍ਰੋਮਣੀ ਅਕਾਲੀ ਦਲ 'ਤੇ ਲਗਾ ਰਹੀ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਅਕਾਲੀ ਦਲ ਦੇ ਵੱਲੋਂ ਹੀ ਐਸ ਜੀ ਪੀ ਸੀ ਨਿਯੁਕਤ ਹੁੰਦੀ ਹੈ ਇਲੈਕਸ਼ਨਸ ਤੋਂ ਬਾਅਦ ਮੈਂ ਸਮਝਦਾ ਕਿ ਅੱਗੇ ਅਕਾਲੀ ਦਲ 'ਤੇ ਇਲਜ਼ਾਮ ਲੱਗਦਾ ਸੀਗਾ ਕਿ ਇਹਨਾਂ ਨੇ ਪੰਥ ਵੇਚਤਾ ਲੇਕਿਨ ਅੱਜ ਇੱਕ ਇਲਜ਼ਾਮ ਲੱਗ ਰਿਹਾ ਕਿ ਇਹਨਾਂ ਨੇ ਗ੍ਰੰਥ ਵੀ ਵੇਚ ਦਿੱਤਾ ਮੈਂ ਸਮਝਦਾ ਇਹ ਬਹੁਤ ਵੱਡੀ ਇੱਕ ਹਾਸ਼ੀਆ ਜਿਹੜਾ ਇਹ ਐਸ ਜੀ ਪੀ ਸੀ ਅਤੇ ਅਕਾਲੀ ਦਲ 'ਤੇ ਲੱਗਾ ਔਰ ਇਹਨਾਂ ਨੂੰ ਇਹ ਕਲੀਅਰ ਕਰਨਾ ਬੜਾ ਜ਼ਰੂਰੀ ਹੈ ਜੇ ਮੈਂ ਇੱਕ ਇੱਕ ਕਰਕੇ ਤੁਹਾਡੇ ਕੋਲ ਡਿਟੇਲ 'ਚ ਆਵਾਂ ਕਿ 6 ਫਰਵਰੀ 1947 ਨੂੰ ਪ੍ਰੋਫੈਸਰ ਗੰਡਾ ਸਿੰਘ ਔਰ ਸਿੱਖ ਹਿਸਟਰੀ ਸੁਸਾਇਟੀ ਜਿਹੜੀ ਹੈ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਕ੍ਰੀਏਸ਼ਨ ਕਰਦੀ ਹੈ ਤੋਸ਼ਾਖਾਨਾ ਬਣਾਇਆ ਜਾਂਦਾ ਹੈ ਸਾਰੇ ਪੁਰਾਣੇ ਸਰੂਪ ਸਾਡਾ ਜਿੰਨਾ ਲਿਟਰੇਚਰ ਹੈ ਸਾਡੇ ਜਿਹੜੇ ਆਰਟੀਫੈਕਟਸ ਨੇ ਉਹ ਸਾਰਾ ਕੁਝ ਸੰਭਾਲਿਆ ਜਾਂਦਾ ਹੈ ਫਰਵਰੀ 1983 ਇਹ ਨਵੀਂ ਚੀਜ਼ ਮੇਰੇ ਸਾਹਮਣੇ ਵੀ ਆਈ ਹੈ ਮੈਨੂੰ ਕਿਸੇ ਨੇ ਕਿਹਾ ਇਹਦਾ ਰੈਫਰੈਂਸ ਵੀ ਹੈ ਉਸਨੂੰ ਜ਼ਰੂਰ ਦੇਖਾਂਗੇ ਫਰਵਰੀ 1983 ਚ ਇੰਦਰਾ ਗਾਂਧੀ ਚਿੱਠੀ ਲਿਖਦੀ ਹੈ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਨੂੰ ਕਿ ਉਹ ਜਾਇਜ਼ ਮੰਗਾਂ ਮੰਗਣ ਵਾਸਤੇ ਮੰਨਣ ਵਾਸਤੇ ਤਿਆਰ ਹੈ ਇਹ ਮੈਂ ਅੱਜ ਤੋਂ ਪਹਿਲੇ ਨਹੀਂ ਸੁਣੀ ਲੇਕਿਨ ਹੁਣ ਕੁਝ ਫੈਕਟ ਸਾਹਮਣੇ ਆ ਰਹੇ ਨੇ ਇਹ ਸੰਗਤ ਦੇ ਸਾਹਮਣੇ ਲਿਆਉਣੇ ਜ਼ਰੂਰ ਨੇ ਕਿ ਇਹ ਨਿਕਲਣਗੇ ਔਰ ਇਹ ਸਾਹਮਣੇ ਪਤਾ ਲੱਗੇ ਜਦੋਂ ਇਹ ਚਿੱਠੀ ਨਿਕਲਦੀ ਹੈ ਅਕਾਲੀ ਦਲ ਨੂੰ ਇਸ ਨਾਲ ਪ੍ਰੋਬਲਮ ਹੁੰਦੀ ਹੈ ਕਿ ਅਕਾਲੀ ਦਲ ਨੂੰ ਨਾ ਰੈਕੋਗਨਾਈਜ਼ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਨੂੰ ਰੈਕੋਗਨਾਈਜ਼ ਕੀਤਾ ਜਾਂਦਾ ਔਰ 83 ਤੋਂ ਬਾਅਦ ਇੱਕ ਮੁਹਿੰਮ ਚੱਲ ਪੈਂਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇੱਕ ਮਾੜੇ ਇਮੇਜ ਉਹਨਾਂ ਦੀ ਕਿੱਦਾਂ ਦਿਖਾਈ ਜਾਵੇ ਇਹਦੇ ਵਿੱਚ ਕੌਣ ਕੌਣ ਇਨਵੋਲਵ ਨੇ ਸਰਕਾਰੀ ਪੱਧਰ 'ਤੇ ਕੀ ਹੋਇਆ ਜਾਂ ਕਿਸੇ ਹੋਰ ਸੰਸਥਾ ਵੱਲੋਂ ਕੀ ਹੋਇਆ ਜਿਹਨਾਂ ਨੂੰ ਤਕਲੀਫ ਸੀ ਇਹ ਆਉਣ ਵਾਲਾ ਸਮਾਂ ਦੱਸੇਗਾ 1984 ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਉਸ ਵੇਲੇ ਐਕਸ਼ਨ ਇੱਕ ਪਾਸੇ ਰਹਿ ਗਿਆ ਅਕਾਲ ਤਖ਼ਤ ਸਾਹਿਬ ਦਾ ਡੈਮੇਜ ਦਰਬਾਰ ਸਾਹਿਬ ਦਾ ਡੈਮੇਜ ਨਜਾਇਜ਼ ਸਿੱਖ ਜਿਹੜੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਆਏ ਸੀਗੇ ਬੱਚੇ ਬੀਵੀ ਔਰਤਾਂ ਮਰਦ ਬਜ਼ੁਰਗ ਨੌਜਵਾਨ ਕਿੱਦਾਂ ਉਹਨਾਂ ਦੇ ਕਤਲੇਆਮ ਹੋਏ ਲੇਕਿਨ ਦੂਜੇ ਪਾਸੇ ਜਿਹੜੀ ਕੰਟਰੋਵਰਸੀ ਹੈ ਉਹ ਇਹ ਆ ਰਹੀ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਬੜਾ ਕੁਛ ਸਮਾਨ ਉੱਥੋਂ ਦੀ ਲਿਜਾਇਆ ਗਿਆ ਕਈ ਟਰੰਕ ਕਈ ਬੋਰੀਆਂ 'ਚ ਭਰ ਕੇ ਆਰਮੀ ਵੱਲੋਂ ਲਿਜਾਇਆ ਗਿਆ ਔਰ ਉਹਦੇ ਪਿੱਛੇ ਇੱਕ ਮੂਲ ਕਾਰਨ ਇਹ ਵੀ ਦੱਸਿਆ ਜਾ ਰਿਹਾ ਜੀ ਕਿ ਜਿਹੜੀ ਇੰਦਰਾ ਨੇ ਲੈਟਰ ਲਿਖੀ ਸੀ ਉਹਦਾ ਰਿਕਾਰਡ ਨਹੀਂ ਉੱਥੇ ਕੋਈ ਛੱਡਣਾ ਚਾਹ ਰਹੇ ਸੀਗੇ ਉਹ ਲੈਟਰ ਵੀ ਲੱਭੀ ਜਾ ਰਹੀ ਸੀ ਤਾਂ ਹੀ ਉਹਨਾਂ ਨੇ ਸੈਂਟਰਲ ਸਿੱਖ ਮਿਊਜ਼ੀਅਮ ਗੁਰੂ ਰਾਮਦਾਸ ਲਿਟਰੇਚਰ ਗੁਰੂ ਰਾਮਦਾਸ ਲਾਇਬ੍ਰੇਰੀ ਤੋਸ਼ਾਖਾਨਾ ਔਰ ਐਸ ਜੀ ਪੀ ਸੀ ਦਾ ਆਫਿਸ ਟੋਟਲ ਡਾਕੂਮੈਂਟਸ ਟੋਟਲ ਆਈਟਮਸ ਇਹ ਸਾਰੀਆਂ ਉਹਨਾਂ ਨੇ ਉੱਥੋਂ ਚੁੱਕੀਆਂ ਉਸ ਵੇਲੇ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਸੀ ਗਿਆਨੀ ਕਿਰਪਾਲ ਸਿੰਘ ਸਨ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਸਾਹਿਬ ਸਿੰਘ ਸਨ ਔਰ ਬ੍ਰਿਗੇਡੀਅਰ ਓਕਾਰ ਸਿੰਘ ਗੁਰਾਇਆ ਇੱਕ ਉਸ ਵੇਲੇ ਆਰਮੀ ਦੇ ਨਾਲ ਜਿਹੜੇ ਸਨ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਗਈ ਕਿ ਇਹ ਸਮਾਨ ਨੂੰ ਨਾ ਲਿਜਾਇਆ ਜਾਵੇ ਇਹ ਅਨਕਨਫਰਮ ਸੋਰਸਿਸ ਨੇ ਕਿ ਕੁਛ ਸਮਾਨ ਸ਼ਾਇਦ ਉਹਨਾਂ ਨੇ ਛੱਡਿਆ ਵੀ ਲੇਕਿਨ 95% 98% ਸਮਾਨ ਉੱਥੋਂ ਦੀ ਲਿਜਾਇਆ ਗਿਆ 9 ਜੂਨ 1984 ਨੂੰ ਸਰਦਾਰ ਬੂਟਾ ਸਿੰਘ ਹੋਮ ਮਿਨਿਸਟਰ ਇਹ ਦਾਅਵਾ ਕਰਦੇ ਨੇ ਕਿ 125 ਬੈਗ ਜਿਹੜੇ ਨੇ ਦਿੱਲੀ ਏਅਰਪੋਰਟ 'ਤੇ ਉਤਰੇ ਸਨ ਔਰ ਸਾਰਾ ਰਿਕਾਰਡ ਅਸੀਂ ਸੀ ਬੀ ਆਈ ਨੂੰ ਦੇ ਦਿੱਤਾ ਕਿਉਂਕਿ ਕੋਰਟ 'ਚ ਕੇਸ ਸਡੀਸ਼ਨ ਦਾ ਜਿਹੜਾ ਸੀ ਬੀ ਆਈ ਪਰਸੂ ਕਰ ਰਹੀ ਸੀਗੀ 1990 'ਚ ਆਰਡਰ ਹੁੰਦਾ ਹੈ ਸੀ ਬੀ ਆਈ ਨੂੰ ਕੋਰਟ ਦੁਆਰਾ ਕਿ ਇਹ ਆਈਟਮਾਂ ਜਿਹੜੀਆਂ ਨੇ ਇਹਨਾਂ ਨੂੰ ਵਾਪਸ ਕਰ ਦਿੱਤਾ ਜਾਵੇ ਔਰ 1984 ਤੋਂ 1990 ਦੇ ਵਿੱਚ ਕਈ ਇੰਸਟਾਲਮੈਂਟਸ ਦੇ ਵਿੱਚ ਸੀ ਬੀ ਆਈ ਨੇ ਦੱਸਿਆ ਕਿ ਅਸੀਂ ਇਹ ਚੀਜ਼ਾਂ ਵਾਪਸ ਕਰ ਚੁੱਕੇ ਹਾਂ ਔਰ ਸੀ ਬੀ ਆਈ ਕੋਲ ਐਸ ਜੀ ਪੀ ਸੀ ਦੇ ਅਹੁਦੇਦਾਰਾਂ ਦੀਆਂ ਰਿਸੀਵਿੰਗ ਨੇ ਕਿ ਅਸੀਂ ਇਹ ਸਮਾਨ ਵਾਪਸ ਦੇ ਚੁੱਕੇ ਹਾਂ ਉਸ ਵੇਲੇ ਸਰ ਮਨਜੀਤ ਸਿੰਘ ਕਲਕੱਤਾ ਸੈਕਟਰੀ ਸੀਗੇ ਸਰ ਭਾਨ ਸਿੰਘ ਸਰ ਕੁਲਵੰਤ ਸਿੰਘ ਉਹਨਾਂ ਦੇ ਥੱਲੇ ਇਹ ਮੇਨ ਤੌਰ 'ਤੇ ਬੰਦੇ ਸੀਗੇ ਜਿਹੜੇ ਇਸ ਨੂੰ ਉਸ ਵੇਲੇ ਦੇ ਇੰਚਾਰਜ ਸੀਗੇ ਸਤਨਾਮ ਸਿੰਘ ਖੰਡਾ ਇੱਕ ਕੇਸ ਫਾਈਲ ਕਰਦੇ ਨੇ 2003 ਦੇ ਵਿੱਚ ਉਹ ਜਿਹੜਾ ਕੇਸ ਫਾਈਲ ਕਰਦੇ ਨੇ ਉਹ ਮੰਗਦੇ ਨੇ ਕਿ ਸਾਡਾ ਸਮਾਨ ਵਾਪਸ ਕੀਤਾ ਜਾਵੇ 2003 ਦੇ ਵਿੱਚ ਸੀ ਬੀ ਆਈ ਸਟੇਟਮੈਂਟ ਦਿੰਦੀ ਹੈ ਕਿ ਅਸੀਂ ਇਹ ਸਾਰਾ ਸਮਾਨ ਜਿਹੜਾ ਇਹ ਵਾਪਸ ਦੇ ਚੁੱਕੇ ਹੁਣ ਇੱਥੇ ਸਵਾਲ ਆਉਂਦਾ ਕਿ ਸੀ ਬੀ ਆਈ ਦਾ ਐਫੀਡੇਵਿਟ ਆ ਰਿਹਾ ਕੋਰਟ 'ਚ ਅਸੀਂ ਸਮਾਨ ਵਾਪਸ ਦੇ ਚੁੱਕੇ ਹਾਂ ਐਸ ਜੀ ਪੀ ਸੀ ਕਿਉਂ ਐਕਸ਼ਨ ਨਹੀਂ ਲੈ ਰਹੀ
एसजीपीसी क्यों नहीं बोल रही, उसको काउंटर करना चाहिए सीगा। जेड़ा समान आज तो चार दिन पहले साहब सुखबीर सिंह बादल जाके होम मिनिस्टर को डेलीगेशन लेके मांग रहे ने, जेड़े अलग अलग समय के लीडर ने मंगया। मैं जो दिल्ली कमेटी का प्रधान बनिया मैं चिट्ठी लिखी, क्योंकि होम मिनिस्टर उस वेले अरुण जेटली सन, मनु जेटली साहब ने पर्सनल बुला के आख्या साडे कोल कोई समान नहीं, असीं वापस दे चुके। मैं आख्या जे तुहानूं आर्मी गलत कह रही है, अज भी समान साडा उत्थे कोल, क्योंकि सानूं विश्वास सीगा, अज साडा ही विश्वास शटर हो गया कि यह समान है कित्थे। मैं समझदा एसजीपीसी क्यों नहीं बोलती। हामिद अंसारी साहब विजिट करते ने दरबार साहब नूं और एसजीपीसी मेमोरेंडम दिंदी है कि साडा वाइस प्रेजिडेंट सी हामिद अंसारी उस वेले हिंदुस्तान दे, कि साडा समान वापस किया जाए। फिर तुसीं एफिडेविट दे रहे हो, सीबीआई तुहानूं कोर्ट च कह चुकी है। यह बड़ा इंपॉर्टेंट है जिहड़ा हुण कहण लगा। सर त्रिलोचन सिंह मैंबर राज्यसभा 18 फरवरी 2009 नूं राज्यसभा दे विच सवाल चुकदे ने कि साडा समान वापस क्यों नहीं दिता जा रहा। इस ते डिबेट हुंदी है। डिबेट तो बाद ए के एंटनी जिहड़े उस वेले दे डिफेंस मिनिस्टर सन, वह आखते ने 17 पेज की रिपोर्ट पेश होती है कि असी यह सारा कुछ वापस दे चुके हैं और एस जी पी सी की साढ़े को रिसीविंग है। मैं समझदा हूँ दो गल्लां हो गई, सी बी आई कोर्ट च कह रही है असी समान दे चुके हैं, सरकार 2009 च ए के एंटनी डिफेंस मिनिस्टर कह रहा है कि असी समान दे चुके हैं, तो एस जी पी सी उसको काउंटर क्यों नहीं कर रही। तुसी जाके प्रेस स्टेटमेंटा दे रहे हो सारे अकाली दल के लीडर, मेरे समेत सारे असं मंगते रहे। मनु हैरानगी यह है कि मनु नहीं अज तक पता कि कोई समान कभी कोई वापस भी आया सीगा कि नहीं आया सीगा। उस वेले मक्कड़ साहब प्रधान ने यह 2009 दे विच इन्हों चिट्ठी सारा अनुराग सिंह लिखते हैं, जेडे मैं समझदा कि बुद्धिजीवी ने हिस्टोरीयन ने, वह चिट्ठियां लिख रहे हैं कि यह समान वापस नहीं आया। इस तो इलावा मक्कड़ साहब का बयान आता है उस वेले और वह आखते ने यह 2009 का ही है कि असी ये खिलाफ एक्शन लवेंगे, असी ये खिलाफ बनती कार्रवाई करांगे, कार्रवाई नहीं हो रही। मैं ये पूछना चाहना कि इन्ना कुछ होने के बावजूद कितने अखबारों खबर आ रही है कि 12 करोड़ की कोई आइटम वेची गई, कितने आ रहा है कि गुरु दसम पिता का जिहड़ा सेना कह रही है कि असी समान वापस कर दिता है, जिहड़ा एस जी पी सी का रजिस्टर है ओदी डिटेल हैगी है कि इस रजिस्टर दे विच तरतीबवार एंट्रियां ने कि केड़ा केड़ा समान गया, ये एस जी पी सी का रिकॉर्ड बोलता पिया है। और किसी जगह के उत्ते जिहड़ा दसम पिता का हथरिक सरूप हैगा सीगा वह दसिया जा रहा है कि ये 4000 पाउंड का किसी जगह पर विकता पिया। हुण मेरी गल ये है कि सर त्रिलोचन सिंह का जो जवाब ए के एंटनी दिंदा है, साढ़े एडे मैंबर पार्लीमेंटेरियन ने पिछले 35 साल कई जित के आए, तुम सरकार च वजीर भी रहे हो, तुम अज तक ये इशू क्यों पार्लीमेंट च नहीं चुकया। सर त्रिलोचन सिंह तो अकाली दल के मैंबर नहीं सन, लेकिन अकाली दल ने इस इशू को क्यों नहीं चुकया अपने तौर पर। तुम वजीर रहे हो, कभी बरनला साहब, कभी इतने वजीर साहब सुखबीर सिंह बादल रहे ने, कभी इतने बीबा हरसिमरत जी रहे ने, तुम अज तक ये क्यों नहीं चुकया कि ये जेडे सरूप ने या साडिया आइटम्स ने सरकार वापस करे। तुसी ए के एंटनी नू काउंटर नहीं करते, तुसी सीबीआई नू काउंटर नहीं करते। अगली गल मैं समझदा बूटा सिंह जी फिर कन्फर्म करते ने कि 29 बैग असी वापस कर दिते ने और जेदे विच 96 जेडे ने वो अज भी नहीं आए। मैं पूछना चाहना जे 96 अज भी नहीं आए, क्योंकि 125 का या 100 किन्ने का टोटल गया सीगा, जे 29 स्वरूप वापस आए ने तो बाकी स्वरूपों वास्ते एस जी पी सी क्यों नहीं बोलती पई। ऑन रिकॉर्ड यह आख्या गया कि 205 स्वरूप जेडे पुरातन सन वह वापस आए ने, ऑन रिकॉर्ड आख्या गया 2 स्वरूप दसम ग्रंथ के वापस आए ने, कई हुक्मनामे वापस आए ने, 44 हुक्मनामे जिन्हें माता सुंदरी जी के हथ लिखित हुक्मनामे से वह वापस नहीं आए। ये गल्लां एस जी पी सी अज तक क्यों सामने नहीं लैके आई कि कहड़ी चीज आ गई कहड़ी चीज नहीं आई। इस तो इलावा सीबीआई आखदी है फिर एक जगह आके असी 187 बैग जेड़े ने और 4000 आइटमां वापस कर दित्तियां सी। ये सीबीआई दे क्लेम नूं तुसी कोर्ट दे विच सीबीआई दी कोर्ट दे विच कह रही है, तुसी 2003-04 दे विच तुसी क्यों नहीं बोलदे पए। कई पेंटिंग्स एक स्वरूप जेड़ा जस्सा सिंह रामगढ़िया दे दादा जी ने भाई हरिदास जी ने हाथ नाल लिखिया सीगा
ਉਸ ਦੇ ਗੁਰੂ ਦਸਮ ਪਿਤਾ ਦੇ ਦਸਤਖਤ ਸੀਗੇ, ਉਹ ਸਰੂਪ ਕਿੰਨੇ ਦਾ ਵਿਕਿਆ, ਉਹ ਸਰੂਪ ਵਿੱਚ ਨਹੀਂ ਸੀ। ਮੇਰਾ ਸਵਾਲ ਇਹ ਹੈ, ਐਸ ਜੀ ਪੀ ਸੀ ਅੱਜ ਤੱਕ ਕਿਉਂ ਨਹੀਂ ਬੋਲੀ ਕਿ ਜਿਹੜੀਆਂ ਆਈਟਮਾਂ ਵਾਪਸ ਆ ਗਈਆਂ ਸੀਗੀਆਂ ਉਹਨਾਂ ਬਾਰੇ ਕਿਉਂ ਨਹੀਂ ਬੋਲੀ? ਜੇ ਆ ਗਈਆਂ ਸੀ, ਕੀ ਤੁਹਾਡੇ ਕੋਲ ਹੈ ਨੇ ਕਿ ਬਾਰੋ ਬਾਰ ਖੁਰਦ ਬੁਰਦ ਕਰ ਦਿੱਤੀਆਂ ਗਈਆਂ? ਕਈ ਐਸੀਆਂ ਇਤਿਹਾਸਿਕ ਪੇਂਟਿੰਗ ਸੀ ਪੁਰਾਤਨ ਜਿਹੜੀਆਂ ਰਿਪੇਅਰ ਹੋਣ ਗਈਆਂ, ਵਾਪਸ ਨਹੀਂ ਆਈਆਂ। ਮੈਂ ਸਮਝਦਾ ਕਿ ਬਹੁਤ ਵੱਡਾ ਸਵਾਲ ਅੱਜ ਐਸ ਜੀ ਪੀ ਸੀ ਅਤੇ ਅਕਾਲੀ ਦਲ ਅਤੇ ਸਿੱਖ ਪੰਥ ਵੱਲੋਂ ਹੀ ਨਹੀਂ, ਗੁਰੂ ਨਾਨਕ ਨਾਮ ਦੇਵਾ, ਗੁਰੂ ਨਾਨਕ ਪਾਤਸ਼ਾਹ ਨੂੰ, ਸਿੱਖ ਧਰਮ ਨੂੰ ਬੜੇ ਧਰਮਾਂ ਦੇ ਲੋਕ ਮੰਨਦੇ ਨੇ। ਮੇਰੀ ਬੇਨਤੀ ਹੈ, ਐਸ ਜੀ ਪੀ ਸੀ ਨੂੰ ਵਾਈਟ ਪੇਪਰ ਇਸ਼ੂ ਕਰਨਾ ਚਾਹੀਦਾ। ਕੌਣ ਲੋਕ ਜ਼ਿੰਮੇਵਾਰ ਨੇ, ਐਸ ਜੀ ਪੀ ਸੀ ਦਾ ਕਿਹੜਾ ਅਹੁਦੇਦਾਰ, ਕਿਹੜਾ ਸਟਾਫ ਮੈਂਬਰ ਇਹਦੇ ਜ਼ਿੰਮੇਵਾਰ ਹੈ, ਉਹ ਸਾਹਮਣੇ ਆਉਣਾ ਚਾਹੀਦਾ। ਮੈਂ 15 ਦਿਨਾਂ ਦੇ ਅੰਦਰ ਅੰਦਰ ਇੱਕ ਕ੍ਰਿਮੀਨਲ ਕੰਪਲੇਂਟ ਅੰਮ੍ਰਿਤਸਰ ਦੇਣ ਲੱਗਾ ਵਾਂ। ਹਰਜਿੰਦਰ ਸਿੰਘ ਦਲਗੀਰ ਜਿਹੜੇ ਉਸ ਵੇਲੇ ਦੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਸੀਗੇ, ਕਿਉਂਕਿ ਸਾਰਾ ਕੁਛ ਉਹਨਾਂ ਦੇ ਹੁੰਦੇ ਹੋਏ ਹੋਇਆ ਔਰ ਵਾਪਸ ਵੀ ਉਹਨਾਂ ਦੇ ਹੁੰਦੇ ਆਇਆ, ਉਹਦਾ ਕੀ ਰੋਲ ਰਿਹਾ? ਕਿਉਂਕਿ ਉਹ ਡਾਇਰੈਕਟਰ ਸਨ, ਹੀ ਇਜ਼ ਆਂਸਰੇਬਲ। ਔਰ ਬਾਕੀ ਲੋਕ ਹਰਜਿੰਦਰ ਸਿੰਘ ਦਲਗੀਰ ਐਂਡ ਅਦਰਸ, ਭਾਵੇਂ ਐਸ ਜੀ ਪੀ ਸੀ ਦੇ ਬੰਦੇ ਹੋਣ, ਭਾਵੇਂ ਉਹ ਸਟਾਫ ਦੇ ਬੰਦੇ ਹੋਣ, ਜਾਂ ਕੋਈ ਹੋਰ ਐਸੇ ਜਿਹੜੇ ਇਹਨਾਂ ਆਈਟਮਾਂ ਦੇ ਵਿੱਚ ਆਰਕਾਈਵਸ ਦੇ ਵਿੱਚ ਬਾਹਰਲੇ ਮੁਲਕਾਂ 'ਚ ਨਜਾਇਜ਼ ਤੌਰ 'ਤੇ ਭੇਜਦੇ ਨੇ, ਕਰੋੜਾਂ ਰੁਪਏ ਕਮਾਉਂਦੇ ਨੇ, ਇਹ ਸਾਰਾ ਪਰਦਾ ਫਾਸ਼ ਹੋਣਾ ਚਾਹੀਦਾ। ਇਹਦੀ ਕੰਪਲੇਂਟ ਮੈਂ ਜ਼ਰੂਰ ਦੇਵਾਂਗਾ, ਮੈਂ ਤਿਆਰ ਹਾਂ। ਔਰ ਮੈਂ ਅਪੀਲ ਕਰਦਾ ਸਿੱਖ ਜਥੇਬੰਦੀਆਂ ਨੂੰ ਕਿ ਜਿਹੜੇ ਵੀ ਇਸ ਦੇ ਵਿੱਚ ਸਾਡੇ ਨਾਲ ਆਉਣਾ ਚਾਹੁੰਦੇ ਨੇ, ਆਪਣੇ ਗੁਰੂ ਦੀ ਧਰੋਹਰ, ਆਪਣੇ ਪੰਥ ਦੀ ਧਰੋਹਰ, ਜਿਸ ਨੂੰ ਸਾਡੀਆਂ ਜਮਾਤਾਂ ਨੇ ਖੁਰਦ ਬੁਰਦ ਕਰ ਦਿੱਤਾ, ਉਹ ਸਾਡੇ ਨਾਲ ਆਉਣ, ਅਸੀਂ ਇਸ ਲੜਾਈ ਲੜਨ ਨੂੰ ਤਿਆਰ ਹਾਂ। ਮੈਂ ਜਿਵੇਂ ਆਖਿਆ ਕਿ ਸਰ ਹਰਜਿੰਦਰ ਸਿੰਘ ਦਲਗੀਰ ਉਸ ਵੇਲੇ ਡਾਇਰੈਕਟਰ ਸੀਗੇ, ਉਹਨਾਂ ਨੂੰ ਐਂਡ ਅਦਰਸ, ਉਹਦੇ ਬਾਅਦ ਇਨਕੁਆਇਰੀ ਦੱਸੇਗੀ ਨਾ ਕਿ ਐਸ ਜੀ ਪੀ ਸੀ ਦਾ ਕਿਹੜਾ ਅਫਸਰ ਜਾਂ ਕਿਹੜਾ ਅਹੁਦੇਦਾਰ ਵਿੱਚ ਇਨਵੋਲਵ ਹੈ ਜਾਂ ਹੋਰ ਕਿਹੜਾ ਬੰਦਾ ਇਨਵੋਲਵ ਹੈ, ਇਹ ਸਾਰੀ ਚੀਜ਼ ਅਸੀਂ ਪਾਵਾਂਗੇ। ਮੈਂ ਐਸ ਜੀ ਪੀ ਸੀ ਦੇ ਹਲੇ ਕੁਛ ਨਹੀਂ ਕਹਿ ਰਿਹਾ, ਐਸ ਜੀ ਪੀ ਸੀ ਦਾ ਮੈਂ ਵਾਈਟ ਪੇਪਰ ਦੀ ਵੇਟ ਕਰ ਰਿਹਾ ਵਾਂ। ਮੈਂ ਸਮਝਦਾ ਐਸ ਜੀ ਪੀ ਸੀ ਵਾਈਟ ਪੇਪਰ ਦੇਵੇ, ਉਹ ਬਹੁਤ ਵੱਡੀ ਸੰਸਥਾ ਹੈ, ਉਹ ਕਿਸੇ ਇੱਕ ਬੰਦੇ ਦੀ ਸੰਸਥਾ ਨਹੀਂ, ਕੌਮ ਦੀ ਸੰਸਥਾ ਹੈ। ਲੇਕਿਨ ਮੈਂ ਸਮਝਦਾ ਕਿ ਗਲਤੀ ਕੀਤੀ ਹੈ ਜਿਹੜੇ ਬੰਦੇ ਉੱਥੇ ਬੈਠੇ ਨੇ, ਔਰ ਅਗਰ ਲੋੜ ਪਏਗੀ ਉਹਦੇ ਜਿਹੜੇ ਵੀ ਅਹੁਦੇਦਾਰ ਸਾਹਿਬ ਹੋਣਗੇ ਉਹ ਸਾਰੇ ਇਹਦੇ ਵਿੱਚ ਲਪੇਟੇ ਜਾਣ। ਬਿਲਕੁਲ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਤਾਂ ਮੈਟਰ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੇ ਮੈਂ ਸਮਝਦਾ ਹੁਣ ਤੱਕ ਹੁਕਮਨਾਮਾ ਜਾਰੀ ਕਰ ਦੇਣਾ ਚਾਹੀਦਾ ਸੀਗਾ, ਇਹਦੇ ਉੱਤੇ ਵਾਈਟ ਪੇਪਰ ਆਉਣਾ ਚਾਹੀਦਾ। ਬਿਲਕੁਲ, ਉਹਨਾਂ ਸਾਹਮਣੇ ਵੀ ਮੰਗ ਰੱਖਾਂਗਾ ਔਰ ਕ੍ਰਿਮੀਨਲ ਕੰਪਲੇਂਟ ਵੀ ਪਾਵਾਂਗਾ। ਦੇਖੋ, ਇਹ ਤਾਂ ਛੋਟੀਆਂ ਗੱਲਾਂ ਨੇ, ਕੋਈ ਦਫ਼ਤਰ 'ਚ ਬੈਠਾ ਨਹੀਂ ਬੈਠਾ ਕਿਸੇ ਦੀ ਇੰਪਲਾਇਮੈਂਟ ਹੋਈ ਕਿ ਨਹੀਂ ਹੋਈ, ਇਹ ਬੜੀਆਂ ਵੱਡੀਆਂ ਗੱਲਾਂ ਨੇ। ਇਹ ਦੇਖੋ ਨਾ, ਇਹ ਗੁਰੂ ਸਾਹਿਬ ਦੇ ਦਸਤਖਤ ਕੀਤਾ ਸਰੂਪ ਨਿਕਲ ਜਾਏ, ਆਰਮੀ ਤੋਂ ਸਮਾਨ ਵਾਪਸ ਆ ਰਿਹਾ, ਇੱਕ ਦੋ ਆਈਟਮਾਂ ਨਹੀਂ ਆਈਆਂ, ਕੋਈ ਸੂਈ ਨਹੀਂ ਆਈ ਜਿਹੜੀ ਲੱਭੀ ਨਹੀਂ, ਉੱਥੇ ਟਰੱਕਾਂ ਦਾ ਟਰੱਕ ਮਾਲ ਵਾਪਸ ਆਇਆ। ਇਹ ਆਰਮੀ ਕਹਿ ਰਹੀ ਹੈ ਕਿ ਅਸੀਂ ਸਮਾਨ ਵਾਪਸ ਦੇ ਚੁੱਕੇ ਹਾਂ। ਇਹਦੀਆਂ ਅਲੱਗ ਅਲੱਗ ਡੇਟਾਂ ਨੇ, 1984 ਤੋਂ ਲੈ ਕੇ 96 ਤੱਕ ਇਹ ਕਈ ਕਿਸ਼ਤਾਂ ਦੇ ਵਿੱਚ, ਇਹ ਕਈ ਕਿਸ਼ਤਾਂ ਦੇ ਵਿੱਚ ਸਮਾਨ ਵਾਪਸ ਆਇਆ ਸੀਗਾ ਔਰ ਉਹਦਾ ਸਾਰਾ ਰਿਕਾਰਡ 1996 ਤੱਕ। ਔਰ ਸਭ ਤੋਂ ਵੱਡੀ ਗੱਲ, ਐਸ ਜੀ ਪੀ ਸੀ ਦੀ ਰਿਸੀਵਿੰਗ ਹੈ ਆਰਮੀ ਕੋਲ, ਆਰਮੀ ਕਲੇਮ ਕਰ ਰਹੀ ਹੈ। ਇਹ ਤਾਂ ਮੈਨੂੰ 2 ਦਿਨ ਪਹਿਲੇ ਪਤਾ ਲੱਗ ਰਿਹਾ, ਇਹ ਤਾਂ 2 ਦਿਨ ਪਹਿਲੇ ਖਬਰਾਂ ਸੁਣ ਕੇ ਪਤਾ ਲੱਗ ਰਿਹਾ। ਅਸੀਂ ਵੀ ਅੱਜ ਤੱਕ ਸਮਝਦੇ ਸੀਗੇ ਕਿ ਮੁਲਕ ਦੀ ਸਰਕਾਰ ਇੱਕ ਆਈ ਦੂਜੀ ਗਈ, ਲੇਕਿਨ ਕਿਸੇ ਨੇ ਸਾਡਾ ਸਮਾਨ ਵਾਪਸ ਨਹੀਂ ਕੀਤਾ। ਸਾਡੇ ਐਮ ਪੀ ਰਹੇ ਨੇ ਪਾਰਲੀਮੈਂਟ 'ਚ, ਉਹਨਾਂ ਸਵਾਲ ਨਹੀਂ ਚੁੱਕਿਆ। ਸਾਡੇ ਵਜ਼ੀਰ ਰਹੇ ਨੇ ਕੈਬਨਿਟ 'ਚ, ਭਾਵੇਂ ਉਹ ਵਾਜਪਾਈ ਜੀ ਦੀ ਹੋਵੇ, ਭਾਵੇਂ ਹੁਣ ਦੀ ਹੋਵੇ ਜਿਹੜੀ ਸਰਕਾਰ ਰਹੀ ਹੈ ਮੋਦੀ ਸਾਹਿਬ ਦੀ, ਸਾਡੇ ਐਮ ਪੀ ਔਰ ਸਾਡੇ ਮਿਨਿਸਟਰਾਂ ਨੇ ਸਵਾਲ ਹੀ ਨਹੀਂ ਚੁੱਕੇ। ਮੈਂ ਇਹੀ ਤਾਂ ਸਵਾਲ ਹੈ, ਇਹ ਪਹਿਲੀ ਦਫ਼ਾ ਨਹੀਂ ਗਏ, ਇਸ ਤੋਂ ਪਹਿਲੇ ਵੀ ਕਈ ਦਫ਼ਾ ਗਏ, ਹੁਣ ਤੁਸੀਂ ਕਿਉਂ ਜਾ ਰਹੇ ਹੋ ਜਦ ਤੁਹਾਡੇ ਕੋਲ ਸਮਾਨ ਆ ਚੁੱਕਾ? ਇਹ ਕਹੋ ਨਾ ਕਿ ਸਾਡੇ ਕੋਲ ਫਲਾਨੀਆਂ ਆਈਟਮਾਂ ਆ ਚੁੱਕੀਆਂ, ਜਿਹੜੀਆਂ ਨਹੀਂ ਆਈਆਂ ਉਹ ਦਿਓ, ਜਿਹੜੀ ਆਈਟਮਾਂ ਆ ਚੁੱਕੀਆਂ ਨੇ ਉਹ ਕੀ ਤੁਹਾਡੇ ਕੋਲ ਇਨ ਸਟਾਕ ਹੈ ਨੇ, ਕੋਈ ਬਾਰੋ ਬਾਰ ਖੁਰਦ ਬੁਰਦ ਹੋ ਗਈ ਹੈ? ਸਵਾਲ ਤਾਂ ਇਹ ਹੈ, ਸਾਨੂੰ ਕਿੱਦਾਂ, ਸਾਨੂੰ ਤਾਂ ਖਬਰ ਹੀ ਹੁਣ ਪਤਾ ਲੱਗ ਰਹੀ, ਇਹ ਤਾਂ ਇਨਵੈਸਟੀਗੇਸ਼ਨ ਦਾ ਮਸਲਾ ਹੈ, ਇਨਵੈਸਟੀਗੇਸ਼ਨ ਦੇਖੀ ਜੀ। ਸਾਨੂੰ ਇਹ ਗੱਲ ਜਿਹੜੀ ਸੀ ਇਹ ਪਤਾ ਸੀਗਾ ਕਿ ਤਰਲੋਚਨ ਸਿੰਘ ਦਾ ਉਹਨਾਂ ਨੇ ਸਵਾਲ ਦਿੱਤਾ, ਲੇਕਿਨ ਕਾਂਗਰਸ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਸੀ। ਸਾਨੂੰ ਲੱਗਦਾ ਸੀ ਕਿ ਕਾਂਗਰਸ ਸਰਕਾਰ ਜਿਹੜੀ ਹੈ ਉਹ ਸਾਰਾ ਕਵਰ ਅਪ ਕਰੇਗੀ। ਮੈਂ ਜਦੋਂ ਪ੍ਰਧਾਨ ਬਣਦਾ ਮੈਂ ਸਿੱਧਾ ਡਿਫੈਂਸ ਮਿਨਿਸਟਰ
ਅਰੁਣ ਜੇਟਲੀ ਨੂੰ ਚਿੱਠੀ ਲਿਖਦਾ। ਅਰੁਣ ਜੇਟਲੀ ਇਨ ਪਰਸਨ ਮੈਨੂੰ ਕਹਿੰਦੇ ਨੇ ਸਾਡੇ ਕੋਲ ਕੋਈ ਸਮਾਨ ਨਹੀਂ, ਮੇਰੇ ਕੋਲ ਸਾਰਾ ਮੈਂ ਆਰਮੀ ਕੋਲੋਂ ਰਿਕਾਰਡ ਲੈ ਲਿਆ। ਮੈਂ ਜਦੋਂ ਪ੍ਰਧਾਨ ਬਣਿਆ ਸੀਗਾ 2013 ਦੇ ਵਿੱਚ, ਮੇਰਾ ਖਿਆਲ ਮੈਂ 14 ਚ ਲਿਖੀ ਸੀ ਜਦੋਂ ਦੀ ਸਰਕਾਰ ਆਈ ਸੀ, 14 ਜਾਂ 15 ਦੇ ਵਿੱਚ ਲਿਖੀ ਸੀ। ਉਹਨਾਂ ਨੇ ਕਿਹਾ ਜੀ ਸਾਡੇ ਕੋਲ ਕੋਈ ਸਮਾਨ ਨਹੀਂ, ਆਰਮੀ ਨੇ ਕਹਿ ਦਿੱਤਾ ਸਮਾਨ ਵਾਪਸ। ਇਸ ਮਸਲੇ ਤੇ ਮੇਰਾ ਕੰਮ ਨਹੀਂ ਸੀਗਾ, ਮੈਂ ਤੇ ਐਜ਼ ਅ ਜ਼ਿੰਮੇਵਾਰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜਦ ਹੋਮ ਡਿਫੈਂਸ ਮਿਨਿਸਟਰ ਨੂੰ ਲਿਖਿਆ, ਡਿਫੈਂਸ ਮਿਨਿਸਟਰ ਨੇ ਜਵਾਬ ਦਿੱਤਾ। ਮੈਂ ਸਮਝਦਾ ਕਿ ਮੇਰੇ ਕੋਲ ਤਾਂ ਕੋਈ ਰਿਕਾਰਡ ਹੀ ਨਹੀਂ, ਇਹ ਰਿਕਾਰਡ ਤੇ SGPC ਕੋਲ ਪਿਆ, ਔਰ ਇਹਦੇ 'ਚ ਲਿਸਟ ਹੈ, ਤੁਹਾਨੂੰ ਮੈਂ ਹੁਣੇ ਲਿਸਟ ਦਿਖਾਈ ਹੈ, ਔਰ ਜਿਹੜੀ ਰਜਿਸਟਰ ਦੀ ਸਾਰੀ ਆਈਟਮਾਂ ਉਹਨਾਂ ਨੇ ਵਾਪਸ ਕੀਤੀਆਂ ਨੇ, ਇਹ ਤਰਤੀਬਵਾਦ ਲਿਸਟ ਹੈਗੀ ਹੈ SGPC ਕੋਲ। ਮੈਂ ਸਮਝਦਾ ਕਿ ਇਹਨਾਂ ਨੂੰ ਇਸ 'ਤੇ ਕੌਮ ਨੂੰ ਬੜੇ ਜਵਾਬ ਦੇਣੇ ਪੈਣਗੇ। ਆਉਣ ਵਾਲਾ ਇਹ ਲਿਸਟ ਹੈ, ਇਹ SGPC ਦੀ ਲਿਸਟ ਹੈ ਜੀ। ਇਹ SGPC ਦੇ ਕੋਲ ਸਾਰੀਆਂ ਆਈਟਮਾਂ ਦੀ ਡਿਟੇਲ, ਇਹਨਾਂ ਨੇ ਇਹ ਸਾਰੇ ਰਜਿਸਟਰ ਦੇ ਵਿੱਚ ਐਂਟਰੀਆਂ ਨੇ। ਉਹਨਾਂ ਨੇ ਜਿਹੜੇ ਉਹਦੀ ਡਿਟੇਲ ਦਿੱਤੀ ਹੈ ਕੋਰਟ ਦੇ ਵਿੱਚ, ਉਹਨਾਂ ਨੇ ਦੱਸਿਆ ਕਿ ਅਸੀਂ ਕਿੰਨੇ ਬੈਗ ਵਾਪਸ ਕੀਤੇ ਨੇ, ਔਰ 4000 ਆਈਟਮਾਂ ਵਾਪਸ ਕੀਤੀਆਂ, 125 ਬੈਗ ਵਾਪਸ ਕੀਤੇ ਨੇ, CBI ਦਾ ਕੋਰਟ ਦੇ ਵਿੱਚ ਬਿਆਨ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।